ਸਕੱਤਰਾਰਤੀ ਐਸੋਸੀਏਸ਼ਨ ਮੰਡੀ ਭਗਤਾਂ ਵਾਲਾ ਮਸਲੇ ਜੀ ਬਹੁਤ ਜ਼ਿਆਦਾ ਜਿਹੜੇ ਮਸਲੇ ਸਾਡੇ ਜਿਹੜੇ ਆ ਨਾ ਉਹ ਲਿਫਟਿੰਗ ਦੇ ਸੰਬੰਧ ਵਿੱਚ ਹੀ ਆ ਬਾਕੀ ਜਿਹੜੀ ਆ ਕੋਈ ਵੀ ਮੁਸ਼ਕਲ ਜਿਹੜੀ ਆ ਨਹੀਂ ਹੈਗੀ ਬਾਰਦਾਨਾ ਇੰਸਪੈਕਟਰ ਸਾਹਿਬ ਬੋਲੀ ਲੱਗਦੀ ਆ ਪਰਚੇਜ ਹੋ ਰਹੀ ਆ ਕੋਈ ਦਿੱਕਤ ਨਹੀਂ ਪਰ ਅੱਜ 7 ਦਿਨ ਹੋ ਗਏ ਪਰਚੇਜ ਹੋਈ ਨੂੰ ਲਿਫਟਿੰਗ ਜਿਹੜੀ ਆ ਇੱਕ 0% ਆ ਲਿਫਟਿੰਗ ਨਹੀਂ ਹੋ ਰਹੀ ਡੀਐਫਸੀ ਸਾਹਿਬ ਵੀ ਰੋਜ਼ ਆ ਰਹੇ ਇੱਥੇ ਮੀਟਿੰਗਾਂ ਕਰ ਰਹੇ ਟੈਂਡਰ ਵਾਲੇ ਨਾਲ ਪਰ ਅਸਲ ਜਿਹੜਾ ਮੇਨ ਮੁੱਦਾ ਉਹ ਟੈਂਡਰ ਵਾਲਿਆਂ ਨੇ ਜਿੰਨਾ ਪਿਛਲੀ ਵਾਰੀ ਟੈਂਡਰ ਪਾਇਆ ਸੀ ਸਰਕਾਰ ਨੇ ਕਿਹਾ ਕਿ ਉਹਨਾਂ ਬੰਦਿਆਂ ਨੂੰ ਟੈਂਡਰ ਜਿਹੜਾ ਪਿਛਲੀ ਵਾਰੀ ਹੀ ਉਹਨਾਂ ਨੂੰ ਨਹੀਂ ਦਿੱਤਾ ਜਾਣਾ ਚਾਹੀਦਾ ਪਰ ਉਹਨਾਂ ਨੇ ਜਿੱਥੇ ਬੰਤਾ ਸਿੰਘ ਨੇ ਗਿਲਿਆ ਹੁਣ ਸੰਤਾ ਸਿੰਘ ਨੇ ਲੈ ਲਿਆ ਗੱਲ ਉੱਥੇ ਹੀ ਆ ਗਈ ਠੀਕ ਹੈ ਜੀ ਇਸ ਕਰਕੇ ਅਸੀਂ ਸਰਕਾਰ ਕੋਲੋਂ ਅਪੀਲ ਕਰਦੇ ਹਾਂ ਕਿ ਜਿਹੜੀ ਲਿਫਟਿੰਗ ਦੀ ਜਿਹੜੀ ਸਮੱਸਿਆ ਹੈ ਇਹ ਆੜਤੀਆਂ ਨੂੰ ਮਤਲਬ ਜਿਹੜੀ ਇਹਦੀ ਲੋਡਿੰਗ ਦਿੱਤੀ ਜਾਵੇ ਤਾਂ ਕਿ ਜਿਹੜਾ ਆੜਤੀਆ ਜਿੱਦਾਂ ਸਲਾਈ ਕਰਾਉਂਦਾ ਆ ਸਫਾਈ ਕਰਾਉਂਦਾ ਆ ਲੋਡਿੰਗ ਕਰਾਉਂਦਾ ਤੇ ਜਿੱਥੇ ਵੀ ਗੋਦਾਮਾਂ ਦੇ ਵਿੱਚ ਜਾਣਾ ਉੱਥੇ ਜਿਹੜਾ ਉਹ ਆੜਤੀਆ ਜਿਹੜਾ ਮਤਲਬ ਆਪਣਾ ਅਰੇਂਜ ਕਰਕੇ ਪਹੁੰਚਾ ਦੇਵੇ ਤੇ ਉਸ ਨੂੰ ਜੋ ਬਣਦਾ ਜਾਇਜ਼ ਕਿਰਾਇਆ ਜਿਹੜਾ ਉਹ ਉਹਨੂੰ ਮਿਲਣਾ ਚਾਹੀਦਾ ਅਮਨਦੀਪ ਸਿੰਘ ਸ਼ੀਨਾ ਪ੍ਰੈਜ਼ੀਡੈਂਟ ਮੰਡੀ ਭਗਤਾਂ ਵਾਲਾ ਅੰਮ੍ਰਿਤਸਰ ਇਹ ਭਗਤਾਂ ਦੇ ਦਰਮਿਆਨ ਚੇਅਰਮੈਨ ਪਹੁੰਚੇ ਸੀ ਕੀ ਮੀਟਿੰਗ ਹੋਈ ਆ ਕੀ ਭਰੋਸਾ ਦਵਾ ਕੇ ਗਏ ਵੇਖੋ ਜੀ ਇਸ ਗੱਲੋਂ ਤੇ ਅਸੀਂ ਧੰਨਵਾਦ ਆ ਸਰਕਾਰ ਦੇ ਵੀ ਜਿਹੜੇ ਉਹ ਚਿੰਤਤ ਨੇ ਬਾਰ ਬਾਰ ਕੱਲ੍ਹ ਵੀ ਇੱਕ ਚੇਅਰਮੈਨ ਵੇਰਵਸ ਦੇ ਆਏ ਸੀ ਅੱਜ ਪੰਜ ਸਾਹਿਬ ਦੇ ਆਏ ਨੇ ਜਿੱਥੋਂ ਤੱਕ ਮੰਡੀ ਦੇ ਵਿੱਚ ਮਸਲਾ ਵਾ ਉਹਨਾਂ ਜਿਹੜੀਆਂ ਸਾਨੂੰ ਦੁੱਖ ਤਕਲੀਫਾਂ ਉਹਨਾਂ ਤੋਂ ਅਸੀਂ ਜਾਣੂ ਕਰਾਇਆ ਜਿਹੜੀ ਪਰਚੇਜ਼ ਦੀ ਗੱਲ ਹੈ ਉਹ ਰੇਟ ਸਹੀ ਜਿਹੜਾ ਕਿਸਾਨ ਨੂੰ ਜੋ ਸਰਕਾਰ ਨੇ ਤੈਅ ਕੀਤਾ 2125 ਰੁਪਏ ਮਿਲ ਰਿਹਾ 12 ਮੋਸਚਰ ਦੇ ਵਿੱਚ ਜਿਹੜੀ ਆ ਖਰੀਦ ਹੋ ਰਹੀ ਆ ਬਾਰਦਾਨੇ ਦੀ ਕੋਈ ਮੁਸ਼ਕਲ ਨਹੀਂ ਹੈਗੀ ਮੁਸ਼ਕਲ ਸਾਨੂੰ ਟਰਾਂਸਪੋਰਟ 'ਤੇ ਹੈਗੀ ਆ ਉਸ ਚੀਜ਼ ਤੋਂ ਉਹਨਾਂ ਨੂੰ ਜਾਣੂ ਕਰਾਇਆ ਵਾ ਅਤੇ ਉਹ ਵਿਸ਼ਵਾਸ ਵੀ ਦਵਾ ਕੇ ਗਿਆ ਵੀ ਮੈਂ ਤੁਹਾਨੂੰ ਸ਼ਾਮ ਤੱਕ ਇਸ ਚੀਜ਼ ਦਾ ਜਿਹੜਾ ਰਿਜ਼ਲਟ ਦਊਂਗਾ ਪਰ ਮੈਂ ਤੁਹਾਡੇ ਟੀਵੀ ਚੈਨਲ ਰਾਹੀਂ ਵੀ ਦੱਸਦਾ ਵੀ ਜਿਹੜੀ ਟਰਾਂਸਪੋਰਟ ਨਾਂ 'ਤੇ ਸਾਡੀ ਲੁੱਟ ਖਸੁੱਟ ਹਰ ਸਾਲ ਹੁੰਦੀ ਹੈ ਪਿਛਲੇ ਸਾਲਾਂ 'ਚ ਵੀ ਹੁੰਦੀ ਰਹੀ ਹੈ ਅਤੇ ਹੁਣ ਵੀ ਜਿਹੜੀ ਹੋ ਰਹੀ ਆ ਲਿਫਟਿੰਗ ਦਾ ਜਿਹੜਾ ਵਾ ਸਾਡੀ ਮੰਡੀ ਦੇ ਵਿੱਚ ਬਹੁਤ ਬੁਰਾ ਹਾਲ ਹੈ ਸ਼ੀਰੇ ਸਾਹਿਬ ਇਹ ਜਿਹੜਾ ਤੁਸੀਂ ਟੈਂਡਰ ਨੂੰ ਲੈ ਕੇ ਕੋਈ ਗੱਲਬਾਤ ਕੀਤੀ ਉਹਨਾਂ ਦੇ ਨਾਲ ਟੈਂਡਰ ਲੈ ਕੇ ਕੀ ਭਰੋਸਾ ਦਵਾਇਆ ਕਿ ਕੈਂਸਲ ਹੋਣਗੇ ਜਾਂ ਉਹਨਾਂ ਦੇ ਚੈੱਕ ਕੀਤੇ ਜਾਣਗੇ ਵੇਖੋ ਜੀ ਅਸੀਂ ਉਹ ਤੋਂ ਜਾਣਕਾਰੀ ਪਾ ਦਿੱਤਾ ਸਰਕਾਰਾਂ ਦੇ ਜਾਂ ਪ੍ਰਸ਼ਾਸਨ ਦੇ ਬਸ ਆ ਅਸੀਂ ਉਹਨਾਂ ਨੂੰ ਦੱਸ ਦਿੱਤਾ ਵੀ ਜਿਸ ਤੁਸੀਂ ਰੇਟ ਦੇ ਉੱਤੇ ਉਹਨਾਂ ਨੂੰ ਠੇਕੇਦਾਰ ਨੂੰ ਟੈਂਡਰ ਹੋਇਆ ਉਸ ਰੇਟ 'ਤੇ ਉਹ ਮਤਲਬ